ਮੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਰੋਪ ਲਗਾਇਆ ਹੈ ਕਿ ਪੰਜਾਬ ਦੀ ਕਾਂਗਰਸ ਸਰਕਾਰ ਹਰ ਮੋਰਚੇ ਤੇ ਅਸਫਲ ਰਹੀ ਹੈ। ਵਿਧਾਨ ਸਭਾ ਖੇਤਰ ਦੇ ਵਰਕਰਾਂ ਨਾਲ ਬੈਠਕ ਦੇ ਮੌਕੇ ਤੇ ਸੁਖਬੀਰ ਨੇ ਕਿਹਾ ਕਿ ਸਰਕਾਰ ਨੇ ਲੋਕਾਂ ਨਾਲ ਕੀਤਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ। ਤੁਸੀਂ ਦੇਖ ਲਓ ਕਿ ਟੀਚਰਾਂ ਦਾ ਵਿਚਾਰੇ ਟੀਚਰ ਸਾਰੇ ਸਿੱਖਿਆ ਦਿੰਦੇ ਆ, ਮੁੱਖ ਮੰਤਰੀ ਉਹਨਾਂ ਨੂੰ ਡਾਂਗਾ ਮਾਰ ਰਿਹਾ। ਦੂਜੀ ਗੱਲ ਆ, ਮੈਨੂੰ ਪਤਾ ਲੱਗਿਆ ਪੁਲਿਸ ਨੂੰ ਭੇਜ ਦਿੱਤਾ ਹਰ ਸਕੂਲਾਂ 'ਚ ਅੱਜ ਕਿ ਟੀਚਰਾਂ ਨੂੰ ਫੜ ਫੜ ਕੇ ਲਿਆਓ ਅਤੇ ਪੜ੍ਹਾਓ। ਆ ਇਹ ਜਿਹਾ ਕੋਈ ਰਾਜ ਹੁੰਦਾ? ਜੰਗਲ ਰਾਜ ਹੈ। ਮੁੱਖ ਮੰਤਰੀ ਸਮਝਦਾ ਕਿ ਮੈਂ ਡਿਕਟੇਟਰ ਬਣ ਗਿਆ? ਪੰਜਾਬ ਦੀ ਜਨਤਾ ਸਬਕ ਸਿਖਾਊਗੀ। ਆ ਜਿੰਨੇ ਵੀ ਇੰਪਲੋਈਜ਼ ਹੈ ਉਹਨਾਂ ਨੂੰ ਸਾਰੇ ਧਰਨੇ 'ਤੇ ਹੈ। ਕਿਉਂ ਧਰਨੇ 'ਤੇ ਹੈ? ਨਾ ਉਹਨਾਂ ਨੂੰ DA ਮਿਲਿਆ, ਨਾ ਉਹਨਾਂ ਪੇ ਕਮਿਸ਼ਨ ਹੈ, ਤਨਖਾਹ ਮਿਲਦੀਆਂ ਨਹੀਂ, ਫਿਰ ਕਰਨਗੇ ਕੀ? ਜੇ ਪ੍ਰੋਟੈਸਟ ਕਰਦੇ ਆ ਫਿਰ ਲਾਠੀਚਾਰਜ ਕਰਦੇ ਆ। ਸੋ ਇਹ ਜੀ ਨੀਤੀ, ਇਹ ਜਿਹਾ ਮੁੱਖ ਮੰਤਰੀ ਨੂੰ ਪੰਜਾਬ ਦੀ ਲੋਕ ਨਹੀਂ ਪਸੰਦ ਕਰਦੀ ਅਤੇ ਆਪਣਾ ਬਦਲਾ ਪਾਰਲੀਮੈਂਟ ਲੈਣਗੇ। ਅੱਜ ਸਾਰੇ ਬੈਠੇ ਆ, ਤੁਸੀਂ ਦੇਖੋ ਗੰਨੇ ਦੀ ਪੇਮੈਂਟ, ਮੁੱਖ ਮੰਤਰੀ ਨੇ 4 ਵਾਰ ਵਾਅਦਾ ਕਰ ਲਿਆ ਕਿ ਅਸੀਂ ਗੰਨਾ ਦੀ ਪੇਮੈਂਟ ਦੇਵਾਂਗੇ, ਮੁੱਕਰ ਜਾਂਦੇ ਵਾਰ ਵਾਰ ਕਹਿ ਕੇ। ਜਿਵੇਂ ਕਰਜ਼ਾ ਮਾਫ਼ ਕਰਦਾ ਸੌਂ ਖਾ ਕੇ ਮੁੱਕਰ ਕੇ ਜਾ, ਤਾਂ ਛੋਟੀ ਗੱਲ। ਉਹਨਾਂ ਕਿਹਾ ਕਿ ਵਿਧਾਨ ਸਭਾ 'ਚ ਜਦ ਇਹਨਾਂ ਤੋਂ ਸਵਾਲ ਪੁੱਛੇ ਜਾਂਦੇ ਹਨ ਤਾਂ ਇਹ ਗਾਲਾਂ ਕੱਢਦੇ ਹਨ। ਉਹਨਾਂ ਕਿਹਾ ਕਿ ਸਰਕਾਰ ਦਾਅਵੇ ਕਰਨ 'ਚ ਬਿਜ਼ੀ ਹੈ ਪਰ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਸੂਬੇ ਦੇ ਲੋਕ ਇਹਨਾਂ ਨੂੰ ਕਰਾਰਾ ਜਵਾਬ ਦੇਣਗੇ। ਕਾਂਗਰਸ ਜਨਤਾ ਨੂੰ ਫੇਸ ਨਹੀਂ ਕਰ ਸਕਦੀ। ਉਹਨਾਂ ਦੇ ਲੋਕ ਫਰਸਟ੍ਰੇਟ ਹੋਏ, ਸਰਕਾਰ ਨਿਖਿੱਧ ਸਾਬਤ ਹੋਈ ਹੈ। ਹੁਣ ਵਿਧਾਨ ਸਭਾ 'ਚ ਬਹਿ ਕੇ ਕਿਉਂਕਿ ਤੁਹਾਡੇ ਨੰਬਰ ਜਾ ਰਹੇ ਆ, ਤੁਸੀਂ ਗਾਲਾਂ ਕੱਢ ਲਓਗੇ, ਕਿੰਨੀਆਂ ਗਾਲਾਂ ਕੱਢ ਲਓਗੇ, ਪਰ ਬਾਹਰ ਤੁਹਾਨੂੰ ਜਨਤਾ ਗਾਲਾਂ ਕੱਢੂਗੀ। ਤੁਹਾਨੂੰ ਤੁਹਾਨੂੰ ਜਨਤਾ ਛਤਰ ਫੇਰੂਗੀ। ਡੇਰਾ ਸੱਚਾ ਸੌਦਾ ਪ੍ਰਮੁੱਖ ਰਹੇ ਗੁਰਮੀਤ ਰਾਮ ਰਹੀਮ ਦੇ ਨਾਲ ਵਾਇਰਲ ਕਥਿਤ ਆਡੀਓ ਦੇ ਬਾਰੇ ਉਹਨਾਂ ਕਿਹਾ ਕਿ ਇਹ ਸਭ ਗਲਤ ਹੈ, ਝੂਠ ਹੈ ਅਤੇ ਸਰਕਾਰ ਉਹਨਾਂ ਨੂੰ ਫਸਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉੱਥੇ ਹੀ ਸੁਖਬੀਰ ਦੇ ਇਸ ਦੌਰੇ ਨਾਲ ਪਾਰਟੀ ਵਰਕਰਾਂ ਵਿੱਚ ਖਾਸਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਉਹਨਾਂ ਕਿਹਾ ਕਿ ਉਹ ਪਹਿਲਾਂ ਪਾਰਟੀ ਹਾਈਕਮਾਨ ਨੂੰ ਸਟੇਜ ਤੇ ਦੇਖਦੇ ਸਨ ਪਰ ਅੱਜ ਉਹਨਾਂ ਨਾਲ ਫੋਟੋ ਵੀ ਖਿਚਾ ਰਹੇ ਹਨ ਅਤੇ ਆਪਣੀ ਗੱਲ ਵੀ ਰੱਖ ਰਹੇ ਨੇ। ਇਸ ਦਾ ਆਉਂਦੀਆਂ ਲੋਕ ਸਭਾ ਚੋਣਾਂ 'ਚ ਫਾਇਦਾ ਮਿਲਣਾ ਤੈਅ ਹੈ। ਬਿਊਰੋ ਰਿਪੋਰਟ, ਲੁਧਿਆਣਾ ਵਿਊ।